ਖਨੌਰੀ ਬਾਰਡਰ ਵਿਖੇ ਮੌਜੂਦ ਹਾਂ ਅਤੇ ਕਿਸਾਨੀ ਅੰਦੋਲਨ ਦੀ ਹਰ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ, ਪਰ ਅੱਜ ਇੱਕ ਵਿਲੱਖਣੀ ਤਸਵੀਰ ਤੁਹਾਨੂੰ ਦਿਖਾਉਣ ਜਾਵਾਂਗੇ। ਇੱਕ ਬਜ਼ੁਰਗ ਕਿਸਾਨ ਨੇ ਜਿਹੜੇ ਬਾਰਡਰ ਦੇ ਵਿੱਚ ਆਪਣੀ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ, ਪਰ ਉਹ ਖੇਤੀਬਾੜੀ ਦਾ ਇੱਕ ਛੋਟਾ ਜਿਹਾ ਮਾਡਲ ਬਣਾਇਆ ਹੋਇਆ, ਜਿਹੜੀ ਪੁਰਾਣੀ ਖੇਤੀ ਹੁੰਦੀ ਸੀ ਝੰਡੇ ਦੇ ਨਾਲ, ਬਾਪੂ ਜੀ ਨੇ ਜਿਹੜਾ ਹੈਗਾ ਗੱਡਾ ਪੁਰਾਣਾ, ਜਿਹੜਾ ਵਿਰਾਸਤੀ ਗੱਡਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਝੰਡੇ ਦੇ ਨਾਲ ਹੀ ਬਣਾ ਕੇ ਲਾਇਆ ਹੋਇਆ, ਅਤੇ ਛੋਟੇ ਛੋਟੇ ਸੰਦ ਜਿਹੜੇ ਹੈਗੇ ਨੇ ਖੇਤੀ ਦੇ, ਜਿਹੜੇ ਪੁਰਾਣੇ ਜਿਨ੍ਹਾਂ ਦੇ ਨਾਲ ਪੁਰਾਣੇ ਜ਼ਮਾਨੇ ਦੇ ਵਿੱਚ ਖੇਤੀ ਹੁੰਦੀ ਸੀ, ਬਾਪੂ ਜੀ ਨੇ ਹੂ ਬਹੂ ਉਸੀ ਸ਼ਕਲ ਦੇ ਸਾਰੇ ਜਿਹੜੇ ਛੋਟੇ ਛੋਟੇ ਸੰਦ ਹੈਗੇ ਨੇ ਇੱਕ ਛੋਟੇ ਮਾਡਲ ਦੇ ਰੂਪ ਦੇ ਵਿੱਚ ਤਿਆਰ ਕੀਤੇ ਨੇ। ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਖੇਤੀ ਦੀ ਜਿਹੜੀ ਇੱਕ ਪਹਿਚਾਣ ਆ, ਜਿਹੜੀ ਇੱਕ ਦਿੱਖ ਆ, ਉਹ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਹੈ। ਗੱਲਬਾਤ ਕਰਦੇ ਹਾਂ ਬਾਪੂ ਜੀ, ਕੀ ਨਾਮ ਆ ਅਤੇ ਕਿੱਥੋਂ ਆਏ ਹੋ? ਮੇਰਾ ਪਿੰਡ ਟੇਨਾ, ਜ਼ਿਲ੍ਹਾ ਫਰੀਦਕੋਟ, ਨਾਮ ਜਗਸੀਰ ਸਿੰਘ। ਕਿਸ ਤਰੀਕੇ ਨਾਲ ਦੇਖਦੇ ਤੁਸੀਂ, ਬਹੁਤ ਸੋਹਣਾ ਜਿਹੜਾ ਹੈਗਾ ਇੱਕ ਛੋਟਾ ਮਾਡਲ ਬਣਾਇਆ ਹੋਇਆ, ਹਰ ਇੱਕ ਪੁਰਾਣੀ ਖੇਤੀ ਦੇ ਸੰਦ ਬਣਾਏ ਹੋਏ ਨੇ, ਇੱਥੇ ਲੈ ਕੇ ਆਇਓ, ਕੀ ਕਹਿਣਾ ਚਾਹੁੰਦੇ ਹੋ? ਇਹ ਵਿਰਸਾ ਸਾਡਾ, ਦੱਸਦੇ ਅਸੀਂ ਇਹਨਾਂ ਨੂੰ ਵੀ ਅੱਤਵਾਦੀ ਨਹੀਂ, ਜਿਹੜੇ ਸਾਨੂੰ ਅੱਤਵਾਦੀ ਦੱਸਦੀਆਂ ਸਰਕਾਰਾਂ, ਵੀ ਅਸੀਂ ਕਿਸਾਨ ਆ, ਅੱਤਵਾਦੀ ਨਹੀਂ ਗੇ ਅਸੀਂ, ਅੱਤਵਾਦੀ ਜਿਹੜੇ ਸਾਨੂੰ। ਤੁਸੀਂ ਬਣਾਇਆ ਵੀ ਬਹੁਤ ਸੋਹਣਾ ਹੋਇਆ, ਹੂ ਬਹੂ ਉਸੇ ਤਰੀਕੇ ਦੇ ਨਾਲ ਜਿਹੜੇ ਦੋ ਬਲਦ ਹੈਗੇ ਨੇ ਅੱਗੇ ਬਣਾਏ ਹੋਏ ਨੇ, ਗਲਾਂ ਦੇ ਵਿੱਚ ਰੱਸੀਆਂ ਪਾਈਆਂ ਨੇ, ਅਤੇ ਉਹੀ ਟਾਇਰ, ਉਹੀ ਗੱਡਾ, ਇਹ ਸਾਰਾ ਪੁਰਾਣੇ ਤਰੀਕੇ ਦਾ ਮਾਡਲ ਬਣਾਇਆ ਤੁਸੀਂ? ਸਾਰਾ ਪੁਰਾਣੇ ਤਰੀਕੇ ਦਾ। ਕੀ ਸੋਚ ਕੇ ਬਣਾਇਆ ਹੈ, ਕਿਉਂਕਿ ਕਿਤੇ ਨਾ ਕਿਤੇ ਮਿਹਨਤ ਤੁਹਾਡੀ ਬਹੁਤ ਵੱਡੀ ਲੱਗੀ ਹੋਊਗੀ? ਮਿਹਨਤ ਤਾਂ ਇੱਥੇ ਬਹੁਤ ਲੱਗਦੀ ਹੈ, ਪਰ ਇਹ ਸਾਡਾ ਵਿਰਸਾ ਖਤਮ ਹੁੰਦਾ ਜਾਂਦਾ ਜੀ। ਸਾਡੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਮਾਂ ਪਿਓ ਬਜ਼ੁਰਗ ਸਾਡੇ ਕਿਵੇਂ ਖੇਤੀ ਕਰਦੇ ਸੀ ਪਹਿਲਾਂ, ਉਹਨਾਂ ਨੂੰ ਕੋਈ ਪਤਾ ਨਹੀਂ ਇਹਦੇ ਬਾਰੇ, ਨੌਲੇਜ ਹੀ ਕੋਈ ਨਹੀਂ ਸੀਗੀ। ਤਾਂ ਧਰਨੇ ਦੇ ਵਿੱਚ ਉਹ ਤਸਵੀਰ ਲੈ ਕੇ ਆਏ ਹੋ ਤੁਸੀਂ ਕਿ ਹਾਂ ਪਹਿਲਾਂ ਇਸ ਤਰੀਕੇ ਨਾਲ ਖੇਤੀ ਹੁੰਦੀ ਸੀ, ਇਕੱਲੇ ਇਕੱਲੇ ਸੰਦ ਦੇ ਨਾਲ? ਹਾਂਜੀ, ਇਸ ਤਰੀਕੇ ਨਾਲ ਹੁੰਦੀ ਸੀ ਖੇਤੀ, ਇਹਨਾਂ ਨੂੰ ਦੱਸੀਦਾ ਵੀ ਹੁਣ ਮੁੰਡੇ ਆ, ਹੁਣ ਉੱਠਦੇ ਹੀ 8 ਵਜੇ ਆ, ਅਤੇ 8 ਵਜਦੇ ਨੂੰ ਤਾਂ ਸਾਡੇ ਬਜ਼ੁਰਗ 1.5 ਕਿੱਲਾ ਪੈਲੀ ਦਾ ਵਾਹ ਕੇ ਘਰੇ ਆ ਜਾਂਦੇ ਸੀਗੇ ਰਾਤ ਨੂੰ। ਬਾਪੂ ਜੀ, ਮਿਹਨਤ ਬਹੁਤ ਲੱਗੀ ਹੋਣੀ, ਕਿਉਂਕਿ ਤੁਸੀਂ ਹਰ ਇੱਕ ਉਹੀ ਰੰਗ ਦਿੱਤਾ ਹੋਇਆ, ਉਹੀ ਖੂਬਸੂਰਤੀ, ਬਲਦਾਂ ਨੂੰ ਚਿੱਟਾ ਰੰਗ ਕੀਤਾ ਅਤੇ ਗੱਡੇ ਨੂੰ ਤੁਸੀਂ ਹਰਾ ਰੰਗ, ਜਿਹੜਾ ਕਿਸਾਨੀ ਦਾ ਉਹ ਰੰਗ ਦਿੱਤਾ, ਕਿੰਨੇ ਕੁ ਸਮੇਂ ਦੇ ਵਿੱਚ ਤੁਸੀਂ ਜਿਹੜਾ ਇਹ ਮਾਡਲ ਆ ਤਿਆਰ ਕਰ ਲਿਆ ਸੀ? ਇਹਨਾਂ ਨੂੰ 3 ਮਹੀਨੇ ਲੱਗ ਗਏ ਸਾਰੇ, ਹਾਂਜੀ 3 ਮਹੀਨੇ ਲੱਗ ਗਏ ਤਿਆਰ ਕਰਨ ਵਾਸਤੇ। ਮਿਹਨਤ ਕਿੰਨੀ ਕੁ ਲੱਗੀ ਹੈ? ਮਿਹਨਤ ਵੈਸੇ ਦਿਖ ਵੀ ਰਹੀ ਹੈ, ਪਰ ਤੁਸੀਂ ਆਪ ਦੱਸ ਦਿਓ ਵੀ ਕਿੰਨਾ ਕੁ ਸਮਾਂ ਦਿੰਦੇ ਸੀ ਰੋਜ਼ ਇਹਨੂੰ? ਇਹਨੂੰ ਤਕਰੀਬਨ 2.5-3 ਘੰਟੇ ਸਮਾਂ ਦਿੰਦੇ ਸੀਗੇ, ਕੋ ਮੁੜ ਕੇ ਬਰੀਕੀ ਕੰਮ ਹੈ, ਕਈ ਵਾਰੀ ਫਿਰ ਮਾਲ ਹੋਰ ਵੀ ਕੰਮ ਆ ਜਾਂਦੇ ਵਿੱਚ, ਕਈ ਵਾਰੀ ਅੱਕ ਵੀ ਜਾਈਦਾ ਸੀਗਾ, ਫਿਰ ਕਿਤੇ ਰੱਖ ਦੇਈਦਾ ਸੀਗਾ, ਫਿਰ ਚੱਕ ਲਈਦਾ, ਜਦੋਂ ਕਿਤੇ ਮਨ ਖੁਸ਼ ਹੁੰਦਾ ਸੀ ਉਦੋਂ ਫਿਰ ਚੱਕ ਲਈਦਾ ਸੀ, ਫਿਰ ਲੱਗ ਪਈਦਾ ਸੀਗਾ। ਜਾਣੀ ਜਦੋਂ ਬਰੀਕੀ ਸਮਾਨ ਬਣਾਇਆ ਤਾਂ ਤੁਹਾਡੀ ਨਿਗਾਹ 'ਤੇ ਵੀ ਵੱਡਾ ਅਸਰ ਪੈਂਦਾ ਹੋਊ, ਬਹੁਤ ਬਰੀਕੀ ਨਾਲ ਤੁਸੀਂ ਹਰ ਇੱਕ ਚੀਜ਼ ਉਸੇ ਤਰੀਕੇ ਦੀ ਦਿਖਾਉਣ ਦੀ ਕੋਸ਼ਿਸ਼ ਕਰੀ ਹੋਈ? ਹਾਂਜੀ ਹਾਂਜੀ, ਨਿਗਾਹ ਮੇਰੀ ਪਹਿਲਾਂ ਵਿੱਚੋਂ ਕੁਛ ਥੋੜ੍ਹੇ ਜਿਹੇ ਬਣਾਏ ਸੀ ਮੈਂ, ਨਿਗਾਹ ਮੇਰੀ ਡਾਊਨ ਹੋ ਗਈ ਸੀ, ਫਿਰ ਇਹ ਵਿੱਚੋਂ ਕੁਛ ਚਿਰ ਛੱਡਤਾ ਸੀ ਮੈਂ, ਫਿਰ ਦੁਬਾਰਾ ਲੈਂਚ ਪਵਾਇਆ ਜਦੋਂ, ਉਦੋਂ ਬਾਅਦ ਫਿਰ ਮੈਂ ਸਾਰਾ ਤਿਆਰ ਕਰ ਲਿਆ। ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤੀਆਂ ਹੋਈਆਂ ਤੁਸੀਂ? ਛੋਟੀ ਛੋਟੀ ਸੰਗਲੀ ਵੀ ਉਸੇ ਤਰੀਕੇ ਨਾਲ ਬਣਾਈ ਹੋਈ ਆ? ਹਾਂਜੀ ਹਾਂਜੀ, ਇਹਦੇ 'ਚ ਸਿਰਫ ਲੱਕੜ ਅਤੇ ਥੋੜ੍ਹਾ ਬਹੁਤਾ ਲੋਹਾ, ਲੱਕੜ ਅਤੇ ਲੋਹੇ ਦੀਆਂ ਆਈਆਂ ਸਾਰਾ ਸਮਾਨ, ਧਾਗੇ ਧੁੱਗੇ ਪਾ ਕੇ, ਡੋਰੀਆਂ ਪਾ ਕੇ ਉਸੇ ਤਰੀਕੇ ਨਾਲ? ਡੋਰੀਆਂ ਤਾਂ ਫਿਰ ਉਹ ਇੰਨੀਆਂ ਹੁੰਦੀਆਂ ਜੀ, ਰੱਸੀਆਂ ਸੀ। ਬਾਪੂ ਜੀ, ਪਹਿਲਾਂ ਸਾਰਾ ਏਸੇ ਨੂੰ ਵਰਤਦੇ, ਇੰਨੀ ਬਲਦਾਂ ਦੇ ਨਾਲ ਖੇਤੀ ਹੁੰਦੀ ਸੀ ਅਤੇ ਏਸੇ ਗੱਡੇ ਦੇ ਵਿੱਚ ਕੱਖ ਕੰਡਾ ਸਾਰਾ ਕੁਛ ਏਸੇ ਗੱਡੇ 'ਤੇ ਹੀ ਹੁੰਦਾ ਸੀਗਾ, ਜੋ ਤੂੜੀ ਤੰਦ ਢੋਂਦੇ ਸੀ ਗੱਡੇ 'ਤੇ, ਕਣਕ ਵੀ ਮੰਡੀਆਂ 'ਚ ਜਾਂਦੀ ਸੀ, ਜਿੰਨੀ ਹੁੰਦੀ ਸੀ ਗੱਡਿਆਂ 'ਤੇ ਜਾਂਦੀ ਸੀ ਸਾਰੀ। ਤਾਂ ਉਹੀ ਤਸਵੀਰ ਤੁਸੀਂ ਦਿਖਾਉਣ ਵਾਸਤੇ ਲੈ ਕੇ? ਹਾਂਜੀ ਹਾਂਜੀ, ਉਹੀ ਵੀ ਇਹ ਸਾਡਾ ਵਿਰਸਾ ਵੀ ਹੈ, ਨੌਜਵਾਨਾਂ ਨੂੰ ਲੋਪ ਹੁੰਦਾ ਜਾਂਦਾ, ਉਹਨਾਂ ਨੂੰ ਪਤਾ ਵੀ ਨਹੀਂ ਗਾ, ਪੁੱਛਦੇ ਆ ਨੌਜਵਾਨ, ਬਹੁਤ ਪੁੱਛਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਇਸ ਚੀਜ਼ ਬਾਰੇ। ਮੈਂ ਦੇਖਿਆ ਸੀ ਕੱਲ੍ਹ ਤੁਸੀਂ ਅੱਗੇ ਤੱਕ ਦਿਖਾਉਂਦੇ ਜਾ ਰਹੇ ਸੀ, ਇਹ ਝੰਡੇ ਦੇ ਵਿੱਚ ਫਿੱਟ ਕਰ ਰੱਖਿਆ, ਮੋਢਾ ਵੀ ਨਾਲ ਹੈ, ਝੰਡੇ ਦੇ ਨਾਲ ਝੰਡਾ ਵੀ ਨਾਲ, ਗੱਡਾ ਵੀ ਨਾਲ, ਮੋਢੇ ਦੇ ਟਿਕ ਜਾਂਦਾ ਇਹ ਝੰਡਾ ਨਾਲ ਹੀ ਸਾਰਾ ਕੁਛ, ਫਿਰ ਦੋ ਚੀਜ਼ਾਂ ਫੜਨੀਆਂ ਔਖੀਆਂ ਹੋ ਜਾਂਦੀਆਂ, ਝੰਡੇ ਦੇ ਨਾਲ ਹੀ ਫਿੱਟ ਕਰ ਲਏ।
ਫਿਰ ਤਾਂ ਤੁਹਾਨੂੰ ਲੋਕ ਦਿਖਾ ਦਿਖਾ ਰੋਕ ਰੋਕ ਪੁੱਛਦੇ ਵੀ ਹੋਣੇ ਵੀ ਬਾਪੂ ਜੀ ਕਿੰਨਾ ਸੋਹਣੀ ਚੀਜ਼ ਬਣਾਉਣਾ। ਲੋਕ ਤੁਰਨ ਹੀ ਨਹੀਂ ਦਿੰਦੇ ਗਾ, ਬਹੁਤ ਜ਼ਿਆਦਾ ਪੁੱਛਦੇ ਆ, ਫੋਟੋਆਂ ਫਾਟੋਆਂ ਸੈਲਫੀਆਂ ਵੀ ਲੈਂਦੇ, ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਮੰਨ ਸਕਦੇ ਵੀ ਧਰਨੇ ਦੇ ਵਿੱਚ ਇਕੱਲੇ ਇਕੱਲੇ ਮੋਬਾਈਲ 'ਚ ਹੋਣੀ ਤੁਹਾਡੇ ਗੱਡੀ ਦੀ ਫੋਟੋ ਹੋਊਗੀ? ਹੋਊਗੀ ਜੀ, ਦੋ ਦੋ ਵੀ ਹੋਣਗੀਆਂ ਮੋਬਾਈਲ 'ਚ, ਇਕੱਲੇ ਇਕੱਲੇ ਹੀ ਲੱਗੀਆਂ। ਖੂਬਸੂਰਤ ਬਣਾਇਆ, ਹਾਂ ਬਹੁਤ ਵਧੀਆ। ਬਾਪੂ ਜੀ ਆਹ ਵੀ ਸਾਰੇ ਸੰਦ ਸਾਨੂੰ ਸਮਝਾਓ, ਕਿਉਂਕਿ ਇਹ ਜੋ ਤੁਸੀਂ ਬਰੀਕੀ ਦੇ ਨਾਲ ਗੱਡਾ ਤਾਂ ਬਣਾਇਆ, ਇਕੱਲਾ ਇਕੱਲਾ ਸੰਦ ਵੀ ਬਣਾਇਆ ਵੀ ਕਿਹੜਾ ਕੰਮ ਕੀ ਸੰਦ ਆ, ਕਿਉਂਕਿ ਸਾਨੂੰ ਖੁਦ ਨੂੰ ਨਹੀਂ ਪਤਾ ਵੀ ਹਾਂ ਜਿਹੜੇ ਪੁਰਾਣੀ ਚੀਜ਼ ਹੁੰਦੀ ਕੀ ਆ, ਥੋੜਾ ਸਮਝਾਓ। ਇਹ ਪੰਜਾਲੀ ਹੁੰਦੀ ਸੀ ਪਹਿਲਾਂ ਨੰਬਰ ਇੱਕ ਤੇ ਸਾਰੀ, ਇਹ ਬਲਦਾਂ ਦੇ ਗਲ 'ਚ ਪਾਈ ਦਿੰਦੀ ਸੀ, ਦੋਨੇ ਬਲਦ ਜੋੜੀ ਦੇ ਸੀਗੇ, ਤੇ ਇਹ ਲੱਕੜ ਦਾ ਹਾਲਾ, ਇਹ ਬੀਜਣ ਦੇ ਕੰਮ ਵੀ ਆਉਂਦਾ ਸੀਗਾ, ਕੇਰਨ ਦੇ ਵੀ ਤੇ ਵਾਹਣ ਦੇ ਕੰਮ ਵੀ ਆਉਂਦਾ ਸੀ। ਬਲਦਾਂ ਦੇ ਪਿੱਛੇ ਪਾ ਕੇ ਕਹਿੰਦੇ, ਫਿਰ ਪਿੱਛੇ ਬੰਦਾ ਵੀ ਫਿਰਦਾ ਹੁੰਦਾ ਸੀ ਨਾਲ, ਆਹ ਕਿੱਲੀ ਪੈ ਜਾਂਦੀ ਸੀ ਇਹਦੇ 'ਚ, ਇਹਦੇ 'ਚ ਆਹ ਸਾਲਾ ਵਿਦੇ ਇਹਦੇ 'ਚ ਪੈ ਜਾਂਦੀ ਸੀ ਇਹ ਕਿੱਲੀ, ਇਹਨੇ ਦੂਜੂ ਕਰਨਾ ਪੁੱਠੀ ਆ ਐਂ, ਹਾਂਜੀ। ਅਤੇ ਇਹ ਬੀਜਣ ਦੇ ਕੰਮ ਵੀ ਆਉਂਦਾ ਸੀ ਅਤੇ ਵਾਹਣ ਦੇ ਕੰਮ ਵੀ ਆਉਂਦਾ ਸੀ। ਇਹ ਤਰਪਾਲੀ ਆ ਸਾਡੀ, ਇਹ ਨਰਮਾ ਬੀਜਦੇ ਜਦੋਂ ਅਸੀਂ ਉਹਦੇ 'ਚ ਕੱਖ ਕੰਡਾ ਹੁੰਦਾ ਸੀ, ਇਹ ਸੀਲਦੇ ਹੁੰਦੇ ਸੀ ਉਹਦੇ ਨਾਲ, ਗੋਡੀ ਕਰਦੇ ਸੀ ਜਿਹੜੀ, ਹਾਂਜੀ ਹਾਂਜੀ ਉਹ ਇਹਦੇ ਨਾਲ ਕਰਦੇ ਹੁੰਦੇ ਸੀ ਤਰਪਾਲੀ ਨਾਲ, ਖਿੱਚਦਾ ਹੁੰਦਾ ਸੀ ਕਹਿੰਦੇ, ਇੱਕ ਜਣਾ ਪਿੱਛੋਂ ਧੱਕਦਾ ਹੁੰਦਾ ਸੀ ਨਾ, ਇਹ ਬਲਦਾਂ ਨਾਲ ਹੀ ਜੁੜਦੀ ਹੁੰਦੀ ਸੀ, ਹਾਂਜੀ ਹਾਂਜੀ ਇਹ ਬਲਦਾਂ ਦੇ ਪਿੱਛੇ ਹੀ ਪੈਂਦੀ ਹੁੰਦੀ ਸੀ ਆਵੇ, ਇੱਥੇ ਇੱਥੇ ਤੱਕ ਇਹ ਬਲਦਾਂ ਦੇ ਪਿੱਛੇ ਹੀ ਪੈਂਦੀ ਸੀ। ਇਹ ਵੀ ਹਲ ਆ, ਇਹ 'ਚ ਘਾਹ ਘੂ ਜਿਹੜੇ ਵਾਹਣ 'ਚ ਜ਼ਿਆਦਾ ਹੁੰਦਾ ਸੀਗਾ ਉੱਥੇ ਇਹ ਕੰਮ ਕਰਦਾ ਸੀਗਾ, ਚੁੰਝੂ ਹਲ ਕਹਿੰਦੇ ਇਹਨੂੰ ਅਸੀਂ, ਲੋਹੇ ਦਾ ਹੁੰਦਾ ਸੀ ਇਹ ਵੀ, ਇਹ ਆਹ ਹੁੰਦਾ ਸੀ ਉਲਟਾਵਾਂ ਹਲ ਲੋਹੇ ਦਾ, ਜਦੋਂ ਜ਼ਮੀਨ ਐਂ ਲੱਦਣੀ ਹੁੰਦੀ ਸੀ, ਮਿੱਟੀ ਬਦਲਣੀ ਹੁੰਦੀ ਸੀਗੀ, ਇਹ ਹਲ ਨਾਲ ਬਦਲੀ ਜਾਂਦੀ ਹੁੰਦੀ ਸੀ। ਬਿਲਕੁਲ, ਪਹਿਲਾਂ ਮੈਂ ਇਹ ਦਿਖਾਉਣ ਦੀ ਵੀ ਕੋਸ਼ਿਸ਼ ਕਰੂੰਗਾ ਕਿ ਬਨਾਵਟ ਬਾਪੂ ਜੀ ਨੇ ਹਰ ਇੱਕ ਉਹ ਉਸੇ ਤਰੀਕੇ ਨਾਲ ਦਿੱਤੀ ਆ, ਜਿਹੜੀ ਇਹ ਚੀਜ਼ ਹੈਗੀ ਆ, ਇਹ ਹਲ ਸਿੱਧਾ ਬਣਾਇਆ ਅਤੇ ਜਿਹੜਾ ਇਹ ਉਲਟਾਵਾਂ ਹਲ ਕਹਿ ਰਹੇ ਨੇ ਇਹਨੂੰ ਉਸ ਤਰੀਕੇ ਨਾਲ ਬਣਾਇਆ ਕਿ ਜਦੋਂ ਜ਼ਮੀਨ ਦੇ ਵਿੱਚ ਇਹ ਚੱਲਦਾ ਹੋਊਗਾ ਤਾਂ ਜਿਹੜੀ ਮਿੱਟੀ ਹੈਗੀ ਆ ਉਹ ਪਲਟ ਜਾਂਦੀ ਹੋਊਗੀ। ਬਾਪੂ ਜੀ ਹਰ ਇੱਕ ਚੀਜ਼ ਉਸੇ ਤਰੀਕੇ ਨਾਲ ਬਣਾਈ ਆ ਜਿਵੇਂ ਪੁਰਾਣੀ ਹੁੰਦੀ ਸੀ, ਇਸ ਤਰੀਕੇ ਨਾਲ ਸਾਰੀ ਬਣੀ ਵੀ ਹੈ ਜੀ। ਆਹ ਤੰਗਲੀਆਂ ਅੱਗੇ ਲੱਕੜ ਦੀਆਂ ਹੁੰਦੀਆਂ ਸੀ, ਇਹ ਦਸਾਂਗਾ ਵੀ ਕਹਿ ਦਿੰਦੇ, ਤੰਗਲੀ ਵੀ ਕਹਿੰਦੇ, ਅੱਜ ਕੱਲ੍ਹ ਹੁਣ ਇਹ ਚੱਲ ਪਈਆਂ ਲੋਹੇ ਦੀਆਂ। ਅਸੀਂ ਤਾਂ ਇੱਕ ਤੰਗਲੀ ਉਹ ਜਾਣਦੇ ਹਾਂ, ਇਹ ਤੁਸੀਂ ਖਾਸੀ ਚੀਜ਼ਾਂ ਬਣਾਈਆਂ ਹੋਈਆਂ ਜੀ। ਇਹ ਸਲੰਗ ਹੁੰਦੀ ਹੈ, ਇਹਨੂੰ ਸਲੰਗ ਕਹਿੰਦੇ ਸੀ, ਜਦੋਂ ਅੱਗੇ ਛੋਲੇ ਬੀਜਦੇ ਸੀ ਉਹ ਛੋਲੇ ਕੁੱਟਦੇ ਸੀ, ਗਾਉਂਦੇ ਸੀ ਬਲਦਾਂ ਨਾਲ ਜਦੋਂ, ਅਤੇ ਉਦੋਂ ਇਹ ਸਲੰਗ ਪੱਟਣ ਦੇ ਕੰਮ ਆਉਂਦੇ ਸੀਗੇ, ਛੋਲੇ ਕੁੱਟਣ ਨੂੰ ਵੀ ਕੰਮ ਦਿੰਦੇ ਸੀਗੇ। ਇਹਨੂੰ ਬਘਿਆੜ ਕਹਿੰਦੇ ਸੀਗੇ, ਇਹ ਜਦੋਂ ਅੱਗੇ ਮੰਡਲੀਆਂ ਲਾਉਂਦੇ ਸੀਗੇ ਕਣਕ ਦੀਆਂ ਗੱਡੇ 'ਤੇ ਲੱਦਣ ਵਾਸਤੇ, ਜਾਂ ਹੁਣ ਜਿਵੇਂ ਨਰਮਾ ਸੀਗਾ ਉਹ ਵੀ ਗੱਡੇ 'ਤੇ ਲੱਦ ਕੇ ਛਿਟੀਆਂ ਲਿਆਉਂਦੇ ਸੀ, ਇਹ ਤਾਂ ਸਿੱਟਣ ਦੇ ਕੰਮ ਆਉਂਦਾ ਸੀ, ਨਾਂ ਵੀ ਫਿਰ ਦੇਖ ਕੇ ਰੱਖਿਆ ਵੀ ਬਘਿਆੜ ਮੁੰਗ ਮੂੰਹ ਖੁੱਲ੍ਹਾ ਹੋਇਆ। ਹਾਂਜੀ ਹਾਂਜੀ ਜੀ, ਬਘਿਆੜ ਇਹਨੂੰ ਤਾਂ ਹੀ ਕਹਿੰਦੇ ਸੀਗੇ ਜੀ, ਬਘਿਆੜਾਂ ਨੂੰ ਜੱਫਾ ਭਰ ਲੈਂਦਾ ਜੀ, ਛੱਡਦਾ ਨਹੀਂ ਸੀਗਾ, ਜਿੰਨੀ ਵੀ ਇਹਦੇ 'ਚ ਆ ਜਾਂਦੇ ਸੀ ਛੱਡਦਾ ਨਹੀਂ ਸੀ, ਉਨੇ ਹੀ ਸਾਰੇ ਚੱਕ ਕੇ ਤਾਂ ਛੱਡ ਦਿੰਦੇ, ਨੌਜਵਾਨ ਸੀਗੇ ਬਜ਼ੁਰਗ ਤਕੜੇ ਹੁੰਦੇ ਸੀਗੇ, ਚੱਕ ਕੇ ਛੱਡ। ਇਹ ਜਿੰਦਰੀ ਉਦੋਂ ਹੱਥਾਂ ਨਾਲ ਵੱਟਾਂ ਪਾਉਂਦੇ, ਜਿੰਨੀਆਂ ਮਰਜ਼ੀ ਹੁਣ ਤਾਂ ਟਰੈਕਟਰਾਂ ਨਾਲ ਆ ਗਈਆਂ, ਉਦੋਂ ਹੱਥਾਂ ਨਾਲ ਪਾਉਂਦੇ ਸਾਰੀਆਂ। ਅਤੇ ਇਹਨੂੰ ਤੋਤਾ ਵੀ ਕਹਿ ਦਿੰਦੇ ਸੀਗੇ, ਇਹਨੂੰ ਇਹ ਜਦੋਂ ਆ ਮੀਂਹ ਪੈ ਜਾਂਦਾ ਸੀ, ਮੰਡਲੀਆਂ ਲੱਗੀਆਂ ਹੁੰਦੀਆਂ ਸੀ ਕਣਕ ਦੀਆਂ, ਉਦੋਂ ਪੱਟਣੀਆਂ ਹੁੰਦੀਆਂ ਸੀ, ਖਿਲਾਰਨੀਆਂ ਹੁੰਦੀਆਂ ਸੀ, ਉਹ ਪੱਟੀਆਂ ਨਹੀਂ ਜਾਂਦੀਆਂ ਸੀ, ਗਿੱਲਾ ਹੋ ਜਾਂਦਾ ਸੀ ਲਾਂਗਾ, ਉਦੋਂ ਫਿਰ ਇਹਦੇ ਨਾਲ ਪੱਟ ਕੇ ਉਹ ਖਿਲਾਰੀ ਦੀਆਂ ਸੀਗੀਆਂ, ਇਹਦੇ ਨਾਲ ਤੋਤੇ ਨਾਲ। ਤਾਂ ਛੋਟੀ ਜਿਹੀ ਦਾਤੀ ਵੀ ਤੁਸੀਂ ਬਣਾਈ ਹੋਈ ਆ ਨਾ ਜੀ? ਆਹ ਦਾਤੀ ਵੀ ਆਹ ਕਸੌਲੀ ਆ, ਇਹਦੇ ਨਾਲ ਹੁਣ ਤਾਂ ਕਣਕ ਗੁੜਦਾ ਨਹੀਂ ਗਾ, ਦਵਾਈਆਂ ਚੱਲ ਪਈਆਂ, ਉਦੋਂ ਕਣਕ ਹੱਥੀਂ ਗੁੜਦੇ ਹੁੰਦੇ ਸੀ ਸਾਰੇ, ਇਹ ਕਸੌਲੀ ਹੈ, ਇੱਥੇ ਦਾਤੀ ਆਹ ਦਾਤੀ ਆ, ਦਾਤੀ ਤੋਂ ਚਲੋ ਹੈਗੀ ਆ, ਹੁਣ ਵੀ ਹੈਗੀ ਆ, ਮੁੰਡੇ ਜਾਣਦੇ ਤਾਂ ਸਾਰੇ। ਬਾਪੂ ਜੀ ਜਿੰਨੇ ਪੁਰਾਣੇ ਸੰਦ ਨੇ, ਹੁਣ ਤਾਂ ਵੈਸੇ ਤੁਸੀਂ ਮਾਡਲ ਬਣਾ ਕੇ ਸਾਨੂੰ ਸਮਝਾ ਤਾ, ਪਰ ਕਿਤੇ ਦੇਖਣ ਨੂੰ ਨਹੀਂ ਮਿਲਦੇ, ਤੁਸੀਂ ਇਹਨਾਂ ਸਾਰੇ ਸੰਦਾਂ ਦੇ ਨਾਲ ਖੇਤੀ ਕਰੀ ਹੋਈ ਆ? ਮੈਂ ਤਕਰੀਬਨ ਸਾਰੇ ਨਾਲ ਨਹੀਂ ਕਰੀ, ਮੈਂ ਤਾਂ ਥੋੜ੍ਹਾ ਚਿਰ ਹੀ ਕਰੀ ਆ, ਸਾਡੇ ਬਜ਼ੁਰਗਾਂ ਨੇ ਕੀਤੀ ਆ, ਉਹ ਬਣਾਉਂਦੇ ਸੀਗੇ, ਅਸੀਂ ਮਿਸਤਰੀ ਹਾਂ, ਆਪ ਉਹ ਸਾਰਾ ਤਿਆਰ ਕਰਦੇ ਸੀ ਇਹ,
ਤੇ ਮੈਨੂੰ ਇਹਦੇ ਬਾਰੇ ਥੋੜਾ ਥੋੜਾ ਵੇਹਦਾ ਹੁੰਦਾ ਸੀ, ਮੈਂ ਉਹਨਾਂ ਨੂੰ ਬਣਾਉਂਦਿਆਂ ਨੂੰ, ਤਾਂ ਫਿਰ ਮੈਂ ਤਿਆਰ ਕਰ ਲਿਆ ਬਾਅਦ ਚ ਆਪ ਹੌਲੀ ਹੌਲੀ। ਹਰ ਇੱਕ ਚੀਜ਼ ਹੂਬੂ ਉਸ ਤਰੀਕੇ ਨਾਲ ਬਣਾ, ਬਣਤਰ ਉਹੀ ਆ ਹਰੇਕ ਚੀਜ਼। ਦਿਖਾਉਂਦੇ ਹੋ ਕਿ ਹਾਂ ਇਹ ਚੀਜ਼ ਦੀ ਲੜਾਈ ਜਿਹੜੀ ਹੈਗੀ ਆ ਹੁਣ ਤੁਸੀਂ ਲੜ ਰਹੇ ਹੋ? ਹਾਂਜੀ, ਹੁਣ ਇਹ ਕਿਸਾਨੀ ਦੀ ਲੜਾਈ ਅਸੀਂ ਲੜ ਰਹੇ ਹਾਂ ਇਹਨਾਂ ਚੀਜ਼ਾਂ ਦੀ, ਵੀ ਉਦੋਂ ਜਦੋਂ ਲੋਕ ਭੁੱਖੇ ਸੀਗੇ ਉਦੋਂ ਇਹਨਾਂ ਨਾਲ ਲੋਕਾਂ ਦਾ ਢਿੱਡ ਭਰਿਆ, ਚਲੋ ਹੁਣ ਮਸ਼ੀਨਰੀ ਯੁੱਗ ਆ ਗਿਆ, ਅਨਾਜ ਜ਼ਿਆਦਾ ਹੋ ਗਿਆ, ਅਤੇ ਪਰ ਸਰਕਾਰ ਨੇ ਇਹ ਕੋਈ ਕਦਰ ਨਹੀਂ ਪਾਉਂਦੀ ਸਾਡੀ, ਸਾਰੀ ਸਾਰੀ ਰਾਤ ਤੁਰੇ ਫਿਰਦੇ ਸੀਗੇ ਵਾਹਣਾਂ 'ਚ, ਪਰ ਮਸ਼ੀਨਾਂ ਆ ਗਈਆਂ, ਸਮਾਂ ਵੀ ਘੱਟ ਗਿਆ, ਹੁਣ ਮਿਹਨਤ ਘੱਟ ਗਈ ਹੈ ਨਾ, ਮਿਹਨਤ ਘੱਟ ਗਈ, ਖਰਚਾ ਵੱਧ ਗਿਆ, ਉਦੋਂ ਕੋਈ ਖਰਚਾ ਨਹੀਂ ਸੀ ਨਾ, ਸੌਖੇ ਸੀਗੇ, ਹੁਣ ਖਰਚਾ ਵੱਧ ਗਿਆ, ਖਰਚਾ ਬਹੁਤ ਜ਼ਿਆਦਾ ਵੱਧ ਗਿਆ। ਤਾਂ ਬਿਲਕੁਲ ਬਾਪੂ ਜੀ, ਵਿਰਾਸਤੀ ਖੇਤੀ ਦੇ ਸਾਰੇ ਜਿਹੜੇ ਪੁਰਾਣੇ ਸੰਦ ਨੇ ਉਹ ਦਿਖਾ ਰਹੇ ਨੇ, ਲੈ ਕੇ ਆਏ ਹੋਏ ਨੇ ਅੰਦੋਲਨ ਦੇ ਵਿੱਚ। ਬਲਦਾਂ ਦੀ ਜੋੜੀ ਗੱਡੇ ਦੇ ਉੱਪਰ ਲੱਗੀ ਹੋਈ ਆ, ਅਤੇ ਹਰ ਇੱਕ ਸੰਦ ਵਿਰਾਸਤੀ, ਚਾਹੇ ਉਹ ਹਲ ਹੋਣ ਜਾਂ ਦਾਤੀ ਹੋਣ ਜਾਂ ਤੰਗੜੀਆਂ ਹੋਣ, ਉਹ ਧਰਨੇ ਦੇ ਵਿੱਚ ਅੰਦੋਲਨ ਦੇ ਵਿੱਚ ਨਵੀਂ ਨੌਜਵਾਨੀ ਨੂੰ ਜਿਹੜੀ ਦਿਖਾਉਣ ਦੀ ਕੋਸ਼ਿਸ਼ ਆ ਬਾਪੂ ਜੀ ਵੱਲੋਂ ਕੀਤੀ ਜਾ ਰਹੀ ਆ। ਇਹ ਜਿਹੜਾ ਆਪਣੇ ਝੰਡੇ ਦੇ ਉੱਪਰ ਇਹਨਾਂ ਨੇ ਗੱਡਾ ਰੱਖਿਆ ਹੋਇਆ, ਸਵੇਰੇ ਹੀ ਬਾਪੂ ਜੀ ਲੰਗਰ ਪਾਣੀ ਛੱਕ ਕੇ ਪੂਰਾ ਜਿਹੜਾ ਹੈਗਾ ਅੰਦੋਲਨ ਦੇ ਵਿੱਚ ਜਾਂਦੇ ਨੇ, ਲੋਕਾਂ ਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਨੌਜਵਾਨੀ ਨੂੰ ਕਿ ਜਿਹੜੀ ਸਾਡੀ ਵਿਰਾਸਤੀ ਖੇਤੀ ਆ ਉਹ ਇਸ ਤਰੀਕੇ ਨਾਲ ਹੁੰਦੀ ਸੀ ਅਤੇ ਉਹਨੂੰ ਨਾ ਭੁੱਲਣ ਨੌਜਵਾਨ, ਤਾਂ ਕਰਕੇ ਜਿਹੜਾ ਬਾਪੂ ਜੀ ਨੇ ਹੈਗੇ ਨੇ ਇਹ ਮਾਡਲ ਬਣਾ ਕੇ ਅੰਦੋਲਨ ਦੇ ਵਿੱਚ ਲੈ ਕੇ ਪਹੁੰਚੇ ਹੋਏ ਨੇ। ਕਿਸਾਨੀ ਅੰਦੋਲਨ ਖਨੌਰੀ ਬਾਰਡਰ ਤੋਂ ਕੈਮਰਾ ਪਰਸਨ ਸਨਮਪ੍ਰੀਤ ਦੇ ਨਾਲ ਚਰਨਜੀਵ ਕੌਸ਼ਲ, ਨਿਊਜ਼ 18 ਪੰਜਾਬ।